ਜੈਲ ਸਿੰਘ ਹਰਮੰਦਰ ਸਾਹਿਬ ਵਿੱਚੋਂ ਨਿਕਲ ਕੇ ਦਰਸ਼ਨੀ ਡੋੜੀ ਲੰਘ ਕੇ ਉਹਨਾਂ ਦਾ ਅਮਲਾ ਫੈਲਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਵਾਲੇ ਦਵਾਰ ਕੋਲ ਆਏ ਤਾਂ ਉਸ ਵੇਲੇ ਉਹਦੇ ਉੱਪਰ ਜਿਹੜੀਆਂ ਸੀ ਉਹ ਗੋਲੀਆਂ ਚੱਲੀਆਂ ਉਹ ਕਹਿੰਦਾ ਕਿਲਦੀਪ ਬਰਾੜ ਕੇ ਬੇਸ਼ੱਕ ਰਾਸ਼ਟਰਪਤੀ ਦੀ ਅਗਵਾਈ ਕਰਨ ਵਾਲੇ ਕਮਾਂਡੋਆਂ ਨੇ ਇੱਕਦਮ ਉਸਦੇ ਦਵਾਰੇ ਘੇਰਾ ਬਣਾ ਲਿਆ ਪਰ ਐਸ ਐਫ ਐਫ ਸਪੈਸ਼ਲ ਫਰੰਟੀਅਰ ਫੋਰਸ ਜਿਸ ਨੂੰ ਕੁਝ ਕਿਤਾਬਾਂ ਦੇ ਵਿੱਚ ਸਪੈਸ਼ਲ ਫਰੰਟੀਅਰ ਸਕੁਐਡ ਵੀ ਕਿਹਾ ਜਾਂਦਾ ਹੈ ਕਿ ਉਸ ਦਾ ਜਿਹੜਾ ਇੱਕ ਆਫੀਸਰ ਸੀ ਜਿਸ ਦਾ ਨਾਮ ਉਸ ਨੇ ਆਪਣੀ ਕਿਤਾਬ ਦੇ ਵਿੱਚ ਲੈਫਟਨੈਂਟ ਕਰਨਲ ਐਮ ਪੀ ਚੌਧਰੀ ਲਿਖਿਆ ਹੈ ਕਿ ਉਹ ਉਸ ਹਮਲੇ ਦੇ ਵਿੱਚ ਜ਼ਖਮੀ ਹੋ ਗਿਆ ਤੇ ਕਹਿੰਦਾ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਕਿ ਉਸ ਨੂੰ ਸਟ੍ਰੈਚਰ ਦੇ ਉੱਪਰ ਪਾ ਕੇ ਉਸ ਨੂੰ ਇਲਾਜ ਦੇ ਵਾਸਤੇ ਲਿਜਾਇਆ ਜਾ ਰਿਹਾ ਸੀ ਇੰਦਾ ਇੱਕ ਗੋਲੀ ਉਸ ਨੂੰ ਉਸ ਵੇਲੇ ਵੱਜੀ ਜਦੋਂ ਉਹ ਖੁਦ ਗੋਲੀ ਚਲਾਉਣ ਵਾਲੇ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਤੇ ਵਿੱਚ ਸੀ ਬਹੁਤ ਹੀ ਸਤਿਕਾਰਯੋਗ ਗੁਰੂ ਪਿਆਰੇ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਜੂਨ 84 ਦੇ ਵਾਪਰੇ ਹੋਏ ਕੱਲੂ ਕਾਰੇ ਦੇ ਬਾਰੇ ਤੁਹਾਡੇ ਨਾਲ ਤਾਰੀਖ ਦਾ ਤਾਰੀਖ ਸਾਰੇ ਹੀ ਵਾਕਿਆਤ ਨੂੰ ਸਾਂਝਾ ਕਰਨ ਦਾ ਯਤਨ ਕਰ ਰਹੇ ਹਾਂ ਔਰ ਮੈਂ ਕੋਸ਼ਿਸ਼ ਵੀ ਕਰ ਰਿਹਾ ਹਾਂ ਕਿ ਵਕ ਵਕ ਸਰੋਤਾਂ ਦੇ ਵਿੱਚੋਂ ਜਿੰਨੀਕ ਜਾਣਕਾਰੀ ਸਾਨੂੰ ਮਿਲ ਸਕਦੀ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇ ਕਿਉਂਕਿ ਬੇਸ਼ੱਕ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਇੰਜ ਲੱਗਦਾ ਸੀ ਕਿ ਸਿੱਖਾਂ ਨੂੰ ਝੁਕਾ ਲਿਆ ਜਾਵੇਗਾ ਇਸ ਕੱਲੂਕਾਰੇ ਤੋਂ ਬਾਅਦ ਪਰ ਜਿਸ ਤਰ੍ਹਾਂ ਦੀ ਚੇਤਨਤਾ ਨੇ ਕੌਮੀਅਤ ਦੇ ਵਿੱਚ ਜਨਮ ਲਿਆ ਉਹ ਚੇਤਨਤਾ ਜਿਹੜੀ ਹੈ ਉਹ ਇਸ ਖੱਲੂ ਘਾਰੇ ਦੀ ਇੱਕ ਕੌਮ ਦੇ ਵਿੱਚ ਪ੍ਰਵਾਹਿਤ ਹੋਣ ਵਾਲੀ ਸਦੀਵੀ ਦੀਨ ਸਮਝੀ ਜਾ ਸਕਦੀ ਹੈ ਸੋ ਜਦੋਂ ਅਸੀਂ 6 ਤੇ 7 ਜੂਨ ਦੇ ਵਿੱਚ ਵਾਪਰੇ ਵਰਤਾਰਿਆਂ ਦੀ ਗੱਲਬਾਤ ਕਰਦੇ ਹਾਂ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬੇਸ਼ੱਕ ਅਸੀਂ ਪੀੜਿਤ ਪੱਖ ਭਾਵ ਕੇ ਸਿੱਖਾਂ ਦੇ ਪੱਖਾਂ ਦੀਆਂ ਜਿਹੜੀਆਂ ਲਿਖਤਾਂ ਨੇ ਕਿਤਾਬਾਂ ਨੇ ਉਹਨਾਂ ਨੂੰ ਛੱਡ ਵੀ ਦਿੱਤਾ ਜਾਵੇ ਤਾਂ ਵੀ ਜਿਹੜੀਆਂ ਖਮਲਾਵਰ ਧਰ ਦੇ ਵੱਲੋਂ ਲਿਖੀਆਂ ਗਈਆਂ ਲਿਖਤਾਂ ਲੇਖ ਕਿਤਾਬਾਂ ਤੇ ਛਪੇ ਹੋਏ ਆਰਟੀਕਲ ਵੱਖ-ਵੱਖ ਫੌਜੀ ਅਫਸਰਾਂ ਦੇ ਰਿਟਾਇਰਮੈਂਟ ਤੋਂ ਬਾਅਦ ਜਾਂ ਉਸ ਸਮੇਂ ਦੌਰਾਨ ਜੇਕਰ ਉਹਨਾਂ ਸਾਰਾਂ ਦਾ ਅਧਿਨ ਕਰੀਏ ਤਾਂ ਇੱਕ ਗੱਲ ਤਾਂ ਬੜੀ ਸਪਸ਼ਟ ਹੋ ਜਾਂਦੀ ਹੈ ਕਿ ਜਿਸ ਦ੍ਰਿੜਤਾ ਦੇ ਨਾਲ ਸੂਰਬੀਰਤਾ ਦੇ ਨਾਲ ਸਿੰਘਾਂ ਨੇ ਫੌਜ ਦੇ ਏਡੇ ਵੱਡੇ ਹਮਲੇ ਦਾ ਮੁਕਾਬਲਾ ਕੀਤਾ ਕੋਈ ਨਾ ਕੋਈ ਰੋਹਾਨੀ ਸ਼ਕਤੀ ਤਾਂ ਹੁੰਦੀ ਹੈ ਕੋਈ ਨਾ ਕੋਈ ਅਧਿਆਤਮਕਵਾਦ ਕਿ ਤਨਾ ਕਿਤੇ ਗੁਰੂ ਦੀ ਕਿਰਪਾ ਗੁਰੂ ਦੀ ਬਖਸ਼ਿਸ਼ ਜਾਂ ਫਿਰ ਉਸ ਪਾਵਨ ਪਾਕ ਮੁਕੱਦਸ ਸਥਾਨ ਦੇ ਉੱਪਰ ਕੁਝ ਐਸੇ ਵਰਤਾਰੇ ਜਿਹੜੇ ਵਾਪਰਦੇ ਨੇ ਮੈਂ ਸੋਚਦਾ ਕਿ ਜਿਹੜੇ ਮਨੁੱਖੀ ਸਮਝ ਤੋਂ ਪਰਾਂ ਦੀ ਗੱਲ ਹੁੰਦੀ ਹੈ ਖੈਰ 6 ਤੇ 7 ਜੂਨ ਦੀਆਂ ਘਟਨਾਵਾਂ ਜਿਹੜੀਆਂ ਸੀ ਤਕਰੀਬਨ ਤੱਕ تفصیل ਦੇ ਵਿੱਚ ਸਾਂਝੀਆਂ ਕਰ ਚੁੱਕੇ ਹਾਂ 8 ਤਰੀਕ ਦੀ ਇੱਕ ਬੜੀ ਅਹਿਮ ਘਟਨਾ ਉਸ ਘਟਨਾ ਦੀ ਅਹਿਮੀਅਤ ਇਸ ਕਰਕੇ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਉਦੋਂ ਤੱਕ ਫੌਜ ਜਿਹੜੀ ਹੈ ਉਹ ਸਾਰੇ ਦਰਬਾਰ ਸਾਹਿਬ පරිਸਰ ਨੂੰ ਪੂਰੀ ਤਰ੍ਹਾਂ ਦੇ ਨਾਲ ਸਾਫ਼ ਕਰਨ ਦਾ ਜਿਹੜਾ ਕਾਰਜ ਕਰ ਚੁੱਕੀ ਸੀ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਜਿੰਨੇ ਵੀ ਅੰਦਰ ਮੋਰਚਾ ਬੰਦੀ ਕਰਕੇ ਬੈਠੇ ਹੋਏ ਸਿੰਘ ਸੂਰਮੇ ਸਨ ਉਹਨਾਂ ਸਾਰਿਆਂ ਨੂੰ ਮਕਾਇਆ ਜਾ ਚੁੱਕਾ ਸੀ ਜਾਂ ਜ਼ਖਮੀ ਕਰਕੇ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ ਤੇ ਇਸੇ ਕਰਕੇ ਹੀ ਦੇਸ਼ ਦੀਆਂ ਤਿੰਨਾਂ ਸਿਨਾਵਾਂ ਦੇ ਮੁਖੀ ਤੇ ਭਾਰਤ ਦੇ ਰਾਸ਼ਟਰਪਤੀ ਜੈ ਸਿੰਘ ਨੂੰ ਦਰਬਾਰ ਸਾਹਿਬ ਪਰਿਸਰ ਦੇ ਅੰਦਰ ਆਉਣ ਦਾ ਸੱਦਾ ਦਿੱਤਾ ਗਿਆ ਇਹ 8 ਤਰੀਕ ਦੀ ਗੱਲ ਹੈ 8 ਜੂਨ ਨੂੰ ਸਵੇਰੇ ਜੈਲ ਸਿੰਘ ਜਿਹੜੇ ਨੇ ਉਸ ਵੇਲੇ ਦੇ ਦੇਸ਼ ਦਾ ਰਾਸ਼ਟਰਪਤੀ ਉਹ ਆਪਣੀ ਹੋਰ ਸਹਿਯੋਗੀਆਂ ਦੇ ਨਾਲ ਜਿਨ੍ਹਾਂ ਦੇ ਵਿੱਚ ਬਾਅਦ ਦੇ ਵਿੱਚ ਕਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਬਣੇ ਤਰਲੋਚਨ ਸਿੰਘ ਵੀ ਨਾਲ ਸੀ ਇਹਨਾਂ ਸਾਰਿਆਂ ਦੇ ਨਾਲ ਭਾਰਤ ਦਾ ਰਾਸ਼ਟਰਪਤੀ 8 ਜੂਨ ਨੂੰ ਸਵੇਰੇ ਦਰਬਾਰ ਸਾਹਿਬ ਪਰਿਸਰ ਦੇ ਵਿੱਚ ਆਉਂਦਾ ਉਸ ਵੇਲੇ ਮੌਕੇ ਦੇ ਉੱਪਰ ਪੱਛਮੀ ਕਮਾਂਡ ਦਾ ਮੁਖੀ ਰਣਜੀਤ ਧਿਆਲ ਵੀ ਨਾਲ ਹੈ ਤੇ ਜਨਰਲ ਸੁੰਦਰਜੀ ਵੀ ਉਸ ਵੇਲੇ ਨਾਲ ਹੈ ਉਸਦੇ ਜਿਹੜਾ ਸਾਰਾ ਘਟਨਾਕਰਮ ਹੈ ਇਸਦੇ ਬਾਰੇ ਕੁਲਦੀਪ ਰਾੜ ਖੁਦ ਆਪਣੀ ਕਿਤਾਬ ਆਪਰੇਸ਼ਨ ਬਲੂ ਸਟਾਰ ਏ ਟ੍ਰੂ ਸਟੋਰੀ ਦੇ ਵਿੱਚ ਬਕਾਇਦਾ ਤੌਰ ਤੇ ਮੰਨਦਾ ਹੈ ਕਿ 8 ਜੂਨ ਨੂੰ ਦੇਸ਼ ਦਾ ਰਾਸ਼ਟਰਪਤੀ ਜੈਲ ਸਿੰਘ ਦਰਬਾਰ ਸਾਹਿਬ ਅਪਰੀਸਰ ਦੇ ਵਿੱਚ ਆਇਆ ਉਸਨੇ ਉਸ ਵੇਲੇ ਹੈੱਡ ਗ੍ਰੰਥੀ ਸਾਹਿਬ ਸਿੰਘ ਦੇ ਨਾਲ ਆਲੇ-ਦੁਆਲੇ ਦੀਆਂ ਇਮਾਰਤਾਂ ਜਿਹੜੀਆਂ ਸੀ ਉਹਨਾਂ ਨੂੰ ਵੇਖਿਆ ਸਾਰੀਆਂ ਇਮਾਰਤਾਂ ਵੇਖਣ ਤੋਂ ਬਾਅਦ ਕਹਿੰਦਾ ਮੈਂ ਚਾਹੁੰਦਾ ਸੀ ਕਿ ਉਸ ਨੂੰ ਅਕਾਲ ਤਖਤ ਸਾਹਿਬ ਦੇ ਅੰਦਰ ਲਿਜਾ ਕੇ ਵਿਖਾਇਆ ਜਾਵੇ ਕਿ ਕਿਸ ਤਰ੍ਹਾਂ ਦੇ ਨਾਲ ਸਾਡੇ ਜਵਾਨਾਂ ਦੇ ਉੱਪਰ ਗੋਲਾਬਾਰੀ ਕੀਤੀ ਗਈ ਕਹਿੰਦਾ ਕਿਉਂਕਿ ਉਸ ਵੇਲੇ 9 9 ਇੰਚ ਇਸਪਾਤ ਦੇ ਜਿਹੜੇ ਚੱਲੇ ਹੋਏ ਕਾਰਤੂਸਾਂ ਦੇ ਜਿਹੜੇ ਸ਼ੈੱਲ ਸੀ ਉਹ ਉਸ ਇਮਾਰਤ ਦੇ ਵਿੱਚ ਸਨ ਅਤੇ ਬਹੁਤ ਸਾਰੀਆਂ ਐਸੀਆਂ ਉੱਥੇ ਮਸ਼ੀਨ ਗੰਨਾ ਸਨ ਜਿਨ੍ਹਾਂ ਦੀਆਂ ਬਹੁਤ ਜ਼ਿਆਦਾ ਚੱਲ ਕੇ ਗਰਮੀ ਦੇ ਨਾਲ ਜਿਹੜੀਆਂ ਬੈਰਲਸ ਆ ਜਿਹੜੀਆਂ ਨਾਲੀਆਂ ਨੇ ਉਹ ਫੁੱਲ ਚੁੱਕੀਆਂ ਸੀ ਪਰ ਕਹਿੰਦਾ ਕਿ ਰਾਸ਼ਟਰਪਤੀ ਨੇ ਉਸ ਪਾਸੇ ਜਾਣ ਦੇ ਵਿੱਚ ਕੋਈ ਦਿਲਚਸਪੀ ਨਹੀਂ ਵਿਖਾਈ ਪਰ ਉਸ ਦੇ ਅਮਲੇ ਫੈਲੇ ਦੇ ਵਿੱਚੋਂ ਤਰਲੋਚਨ ਸਿੰਘ ਜਿਹੜਾ ਸੀ ਉਹ ਪੌੜੀਆਂ ਚੜ੍ਹ ਕੇ ਅਕਾਲ ਤਖਤ ਸਭ ਤੇ ਗਿਆ ਤੇ ਉਹਨੇ ਉਸ ਸਾਰੀ ਮੋਰਚਾ ਬੰਦੀ ਨੂੰ ਵੇਖਿਆ ਉਸ ਤੋਂ ਬਾਅਦ ਜਿਹੜੀ ਅਹਿਮ ਗੱਲ ਉਸ ਦਿਨ ਵਾਪਰੀ ਹੈ ਉਹ ਇਹ ਗੱਲ ਹੈ ਕਿ ਫੌਜ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਦਰਬਾਰ ਸਾਹਿਬ ਪ੍ਰੈਸਰ ਨੂੰ ਆਪਣੇ ਵੱਲੋਂ ਸਾਫ਼ ਕਰ ਦਿੱਤਾ ਗਿਆ ਸੀ ਕਿਉਂਕਿ ਦੇਸ਼ ਦਾ ਸਭ ਤੋਂ ਵੱਡਾ ਅਹੁਦਾ ਹੁੰਦਾ ਹੈ ਰਾਸ਼ਟਰਪਤੀ ਤੇ ਰਾਸ਼ਟਰਪਤੀ ਦੀ ਆਮਦ ਦੇ ਸਮੇਂ ਕੋਈ ਐਵੀਂ ਦੀ ਘਟਨਾ ਵਾਪਰ ਜਾਵੇ ਤਾਂ ਫਿਰ ਸਾਡੀ ਮਾਨਸਿਕਤਾ ਦੇ ਵਿੱਚ ਉਹੀ ਗੱਲ ਆਵੇਗੀ ਕਿ ਜਨਰਲ ਸ਼ਬੀਕ ਸਿੰਘ ਦੀ ਮੋਰਚਾ ਬੰਦੀ ਜਿਹੜੀ ਹੈ ਉਹ ਉਹ ਕਿਸ ਤਰ੍ਹਾਂ ਦੀ ਸੀ ਉਹ ਕਮਾਲ ਕਿਸ ਤਰ੍ਹਾਂ ਦਾ ਸੀ ਉਹ ਕ੍ਰਿਸ਼ਮਾ ਜਾਂ ਜਾਦੂ ਕੇ ਲਾ ਜਾਵੇ ਤੇ ਉਹ ਕਿਸ ਤਰ੍ਹਾਂ ਦਾ ਸੀ ਕਿ ਇਹ ਖੁਦ ਜਿਹੜਾ ਕੁਲਦੀਪ ਰਾੜ ਆਪਣੀ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਜਦੋਂ ਜੈਲ ਸਿੰਘ ਹਰਮੰਦਰ ਸਾਹਿਬ ਵਿੱਚੋਂ ਨਿਕਲ ਕੇ ਦਰਸ਼ਨੀ ਜੋੜੀ ਲੰਘ ਕੇ ਉਹਨਾਂ ਦਾ ਅਮਲਾ ਫੈਲਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਵਾਲੇ ਦਵਾਰ ਕੋਲ ਆਏ ਤਾਂ ਉਸ ਵੇਲੇ ਉਦੇ ਉੱਪਰ ਜਿਹੜੀਆਂ ਸੀ ਉਹ ਗੋਲੀਆਂ ਚੱਲੀਆਂ ਸੋ ਜਿਹੜੀ ਗੋਲੀ ਚੱਲਣ ਦੇ ਬਾਰੇ ਉਹ ਲਿਖਦਾ ਹੈ ਕਿ ਜਦੋਂ ਇਹ ਜਿਹੜਾ ਦੇਸ਼ ਦਾ ਰਾਸ਼ਟਰਪਤੀ ਜਹਿਰ ਸਿੰਘ ਅਚਾਨਕ ਹੀ ਬ੍ਰह्म ਬੂਟੇ ਦੇ ਅਖਾੜੇ ਦੇ ਵਿਆਪਕ ਖੇਤਰ ਵਿੱਚੋਂ ਆਣ ਕੇ ਆਸੀ ਗੋਲੀ ਦਾਗੀ ਗਈ ਹੁਣ ਇਹ ਤੋਂ ਬੜਾ ਸਪਸ਼ਟ ਹੈ ਕਿ ਉਦੋਂ ਤੱਕ ਵੀ ਖਾੜਕੂ ਦਰਬਾਰ ਸਾਹਿਬ ਪਰਿਸਰ ਦੇ ਅੰਦਰ ਬਣੇ ਮੋਰਚਿਆਂ ਦੇ ਵਿੱਚ ਮੌਜੂਦ ਨੇ ਔਰ ਬ੍ਰਾਂਬੂਟਾ ਅਖਾੜਾ ਵਾਲਾ ਜਿਹੜਾ ਮੋਰਚਾ ਹੈ ਇਹਦੇ ਵਿੱਚ ਉਹ ਸਿੰਘ ਸਨ ਜਿਹੜੇ ਪਹਿਲਾਂ ਜਿਹੜੇ ਬੁੰਗੇ ਨੇ ਉਹਨਾਂ ਦੇ ਉੱਪਰੋਂ ਫੌਜ ਦਾ ਮੁਕਾਬਲਾ ਕਰ ਰਹੇ ਸਨ ਤੇ ਜਿਸ ਵੇਲੇ ਤੋਪਾਂ ਦੇ ਵੱਡੇ ਗੋਲਿਆਂ ਦੇ ਨਾਲ ਤੇ 3.7 ਹੌਬਿਟਜ਼ਰ ਦੇ ਨਾਲ ਇਨ੍ਹਾਂ ਬੁੰਗਿਆਂ ਦੇ ਉੱਪਰ ਬਹੁਤ ਜ਼ਿਆਦਾ ਤੋਪਾਂ ਦੇ ਗੋਲਿਆਂ ਦੀ ਗੋਲਾਬਾਰੀ ਕੀਤੀ ਗਈ ਤਾਂ ਇਹ ਸਿੰਘ ਬਾਅਦ ਦੇ ਵਿੱਚ ਹੇਟਲੀਆਂ ਇਮਾਰਤਾਂ ਦੇ ਵਿੱਚ ਆ ਗਏ ਬੁੰਗਿਆਂ ਦੀਆਂ ਜਿਹੜੀਆਂ ਹੇਟਲੀਆਂ ਇਮਾਰਤਾਂ ਨੇ ਤੁਹਾਨੂੰ ਅਜੇ ਵੀ ਪ੍ਰਕਰਮਾਂ ਦੇ ਵਿੱਚ ਜਾ ਕੇ ਉਹ ਵੇਖਣ ਦਾ ਮੌਕਾ ਮਿਲ ਸਕਦਾ ਤੁਸੀਂ ਵੇਖ ਸਕਦੇ ਹੋ ਕਿ ਉਹ ਬਿਲਕੁਲ ਪਰਕਰਮਾਂ ਦੇ ਕਹਿ ਸਕਦੇ ਹੋ ਕਿ ਤਲ ਦੇ ਉੱਪਰ ਨੇ ਔਰ ਬੁੰਗੇ ਦੀਆਂ ਬਿਲਕੁਲ ਕਹਿ ਸਕਦੇ ਹੋ ਕਿ ਜ਼ਮੀਨ ਦੇ ਉੱਪਰ ਜਿਹੜੀਆਂ ਬਣੀਆਂ ਹੋਈਆਂ ਇਮਾਰਤਾਂ ਨੇ ਉਹ ਕਹਿੰਦਾ ਕੁਲਦੀਪ ਬਰਾੜ ਕੇ ਬੇਸ਼ੱਕ ਰਾਸ਼ਟਰਪਤੀ ਦੀ ਅਗਵਾਈ ਕਰਨ ਵਾਲੇ ਕਮਾਂਡੋਆਂ ਨੇ ਇੱਕਦਮ ਉਸਦੇ ਦੁਆਲੇ ਘੇਰਾ ਬਣਾ ਲਿਆ ਬਾਰੇ ਐਸ ਐਫ ਐਫ ਸਪੈਸ਼ਲ ਫਰੰਟੀਅਰ ਫੋਰਸ ਜਿਸ ਨੂੰ ਕੁਝ ਕਿਤਾਬਾਂ ਦੇ ਵਿੱਚ ਸਪੈਸ਼ਲ ਫਰੰਟੀਅਰ ਸਕੁਐਡ ਵੀ ਕਿਹਾ ਜਾਂਦਾ ਹੈ ਕਿ ਉਸ ਦਾ ਜਿਹੜਾ ਇੱਕ ਆਫੀਸਰ ਸੀ ਜਿਸ ਦਾ ਨਾਮ ਉਸ ਨੇ ਆਪਣੀ ਕਿਤਾਬ ਦੇ ਵਿੱਚ ਲੈਫਟਨੈਂਟ ਕਰਨਲ ਐਮ ਪੀ ਚੌਧਰੀ ਲਿਖਿਆ ਹੈ ਕਿ ਉਹ ਉਸ ਹਮਲੇ ਦੇ ਵਿੱਚ ਜ਼ਖਮੀ ਹੋ ਗਿਆ ਤੇ ਕਹਿੰਦਾ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਕਿ ਉਸ ਨੂੰ ਸਟ੍ਰੈਚਰ ਦੇ ਉੱਪਰ ਪਾ ਕੇ ਉਸ ਨੂੰ ਇਲਾਜ ਦੇ ਵਾਸਤੇ ਲਿਜਾਇਆ ਜਾ ਰਿਹਾ ਸੀ ਇੰਦਾ ਇੱਕ ਗੋਲੀ ਉਸ ਨੂੰ ਉਸ ਵੇਲੇ ਵੱਜੀ ਜਦੋਂ ਉਹ ਖੁਦ ਗੋਲੀ ਚਲਾਉਣ ਵਾਲੇ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਤੇ ਵਿੱਚ ਸੀ ਸੋ ਇਹ ਗੱਲ ਜਿਹੜੀ ਬਣਾਈ ਲੱਗਦੀ ਹੈ ਕਿਉਂਕਿ ਜਿਹੜਾ ਸナイਪਰ ਜਾਂ ਕਹਿ ਸਕਦੇ ਹੋ ਕਿ ਜਿਹੜੇ ਸਿੰਘ ਨੇ ਸ਼ਿਸ਼ਤ ਲਾ ਕੇ ਦੇਸ਼ ਦੇ ਰਾਸ਼ਟਰਪਤੀ ਦੇ ਉੱਪਰ ਗੋਲੀ ਚਲਾਈ ਸੀ ਉਹ ਤਾਂ ਉਸ ਬ੍ਰਹਮਬੁੱਟਾ ਅਖਾੜਾ ਵਾਲੀ ਜਿਹੜਾ ਜ਼ਮੀਨ ਵਾਲੀ ਇਮਾਰਤ ਹੈ ਉਹਦੇ ਅੰਦਰੋਂ ਗੋਲੀ ਚਲਾਈ ਗਈ ਸੀ ਸੋ ਇਨੇ ਤਾਂ ਆਪਣੀ ਕਿਤਾਬ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਜਿਹੜੇ ਸਾਡੇ ਸナイਪਰ ਸੀ ਉਹਨਾਂ ਨੇ ਜਦੋਂ ਜਵਾਬੀ ਕਾਰਵਾਈ ਕੀਤੀ ਤਾਂ ਉਹ ਗੋਲੀ ਚਲਾਉਣ ਵਾਲਾ ਜਿਹੜਾ ਅੱਤਵਾਦੀ ਸੀ ਉਹ ਮਾਰਿਆ ਗਿਆ ਪਰ ਇਹ ਗੱਲ ਜਿਹੜੀ ਹੈ ਕਾਫੀ ਹੱਦ ਤੱਕ ਬਣਾਈ ਲੱਗਦੀ ਹੈ ਕਿਉਂਕਿ ਰਾਸ਼ਟਰਪਤੀ ਜਦੋਂ ਜੈਲ ਸਿੰਘ ਚਲਾ ਜਾਂਦਾ ਹੈ ਤੇ ਉਹਦੀ ਰਵਾਨਗੀ ਤੋਂ ਬਾਅਦ ਸਪੈਸ਼ਲ ਫਰੰਟੀਅਰ ਫੋਰਸ ਤੇ 10 ਡੋਗਰਾ ਰੈਜੀਮੈਂਟ ਦੀ ਇੱਕ ਸਾਂਝੀ ਟੋਲੀ ਜਿਹੜੀ ਹੈ ਉਹਨੂੰ ਦੁਬਾਰਾ ਉਸ ਇਲਾਕੇ ਦੀ ਸਫਾਈ ਦਾ ਜਿਹੜਾ ਕਾਰਜ ਅਰੰਭਿਆ ਜਾਂਦਾ ਹੈ ਭਾਵ ਉਦੋਂ ਤੱਕ ਇਹ ਪਤਾ ਲੱਗ ਚੁੱਕਾ ਸੀ ਕਿ ਬੇਸ਼ੱਕ ਅਕਾਲ ਤਖਸਾਲ ਸਾਹਿਬ ਦੇ ਸਾਹਮਣੇ ਵਾਲੇ ਪਾਸੇ ਤੋਂ ਫੌਜ ਦੇ ਉੱਪਰ ਹੋ ਰਹੀ ਫਾਇਰਿੰਗ ਬੰਦ ਹੋ ਚੁੱਕੀ ਹੈ ਜਾਂ ਕਹਿ ਸਕਦੇ ਕਿ ਅਕਾਲ ਤਖਸਾਲ ਦੇ ਪਵਿੱਤਰ ਇਮਾਰਤ ਫੌਜ ਦੇ ਕਬਜ਼ੇ ਵਿੱਚ ਆ ਚੁੱਕੀ ਸੀ ਪਰ ਬਹੁਤ ਸਾਰੀਆਂ ਐਸੀਆਂ ਇਮਾਰਤਾਂ ਸੀ ਜਿਨ੍ਹਾਂ ਦੇ ਅੰਦਰ ਇੰਨੀ ਕਾਰਗਰ ਮੋਰਚਾ ਬੰਦੀ ਕੀਤੀ ਹੋਈ ਸੀ ਕਿ ਉਹਨਾਂ ਦੇ ਅੰਦਰੋਂ ਫਾਇਰਿੰਗ ਅਜੇ ਵੀ ਆ ਰਹੀ ਸੀ ਸੋ ਉਹ ਕਹਿੰਦਾ ਹੈ ਕਿ ਦੁਬਾਰਾ ਉਸ ਇਲਾਕੇ ਦੀ ਸਫਾਈ ਦਾ ਕਾਰਜ ਕਰਦਿਆਂ ਜਿੱਥੋਂ ਰਾਸ਼ਟਰਪਤੀ ਦੇ ਉੱਪਰ ਗੋਲੀ ਚਲਾਈ ਸੀ ਤੇ ਜਦੋਂ ਇਹ ਟੋਲੀ ਬੁੰਗਿਆਂ ਦੇ ਨੇੜੇ ਆਈ ਇਸ ਟੋਲੀ ਦੇ ਵਿੱਚ ਸਪੈਸ਼ਲ ਫਰੰਟੀਅਰ ਸਕੁਐਡ ਤੇ 10 ਡੋਗਰਾ ਰੈਜੀਮੈਂਟ ਜਿਹੜੀ ਬਟਾਲੀਅਨ ਸੀਗੀ ਉਹਦੇ ਜਵਾਨ ਸਨ ਤੇ ਇਹਨਾਂ ਦੇ ਉੱਪਰ ਗੋਲੀਆਂ ਦਾ ਮੀਂਹ ਵਰਪਿਆ ਸਿੱਟੇ ਵੱਜੋਂ ਚਾਰ ਜਵਾਨ ਜ਼ਖਮੀ ਹੋ ਗਏ ਤੇ ਬਾਕੀ ਦੇ ਜਵਾਨ ਜਿਸ ਵੇਲੇ ਇਲਾਕੇ ਦੀ ਸ਼ਾਨ ਬੀੜ ਕਰ ਰਹੇ ਸਨ ਉਸ ਵੇਲੇ 10 ਡੋਗਰਾ ਦ ਮੈਡੀਕਲ ਅਫੀਸਰ ਡਾਕਟਰ ਰਾਮਪਾਲ ਇੱਕ ਕੈਪਟਨ ਸੀ ਉਹ ਮਲਮ ਪੱਟੀ ਕਰਨ ਦੇ ਵਾਸਤੇ ਜਾਂ ਉਹਨਾਂ ਜ਼ਖਮੀਆਂ ਦੀ ਸੰਭਾਲ ਦੇ ਵਾਸਤੇ ਅੱਗੇ ਵਧਿਆ ਤਾਂ ਅਚਨਚੇਤ ਹੀ ਸੁਰੰਗ ਵਿੱਚ ਲੁਕੇ ਖਾੜਕੂਆਂ ਦੀ ਇੱਕ ਟੋਲੀ ਰਾਮਪਾਲ ਅਤੇ 10 ਡੋਗਰਾ ਰੈਜiment ਦੇ ਦੋ ਹੋਰ ਜਵਾਨਾਂ ਨੂੰ ਜੱਫੀ ਮਾਰ ਕੇ ਧੂਕੇ ਅੰਦਰ ਲੈ ਗਈ ਸੋ ਇਸ ਤੋਂ ਬੜਾ ਸਪਸ਼ਟ ਹੈ ਕਿ ਜਿਹੜੇ ਸਿੰਘ ਸੀ ਤਕਰੀਬਨ 8 ਜੂਨ ਨੂੰ ਵੀ ਉਹ ਇਹਦਾ ਮੁਕਾਬਲਾ ਕਰ ਰਹੀ ਸੀ ਔਰ ਸਭ ਤੋਂ ਵੱਡੀ ਅਹਿਮ ਗੱਲ ਇਹ ਹੈ ਕਿ ਦੇਸ਼ ਦੀਆਂ ਤਿੰਨਾ ਸਿਨਾਵਾ ਦਾ ਮੁਖੀ ਦੇਸ਼ ਦਾ ਰਾਸ਼ਟਰਪਤੀ ਜਦੋਂ ਦਰਬਾਰ ਸਾਹਿਬ ਪਰਿਸਰ ਦੇ ਵਿੱਚ ਆਉਂਦਾ ਹੈ ਤਾਂ ਤੁਸੀਂ ਖਿਆਲ ਕਰੋ ਕਿ ਜਿਹੜੇ ਸਿੰਘ ਤਕਰੀਬਨ 1 ਜੂਨ ਤੋਂ ਫੌਜ ਦਾ ਮੁਕਾਬਲਾ ਕਰ ਰਹੇ ਸੀ ਇੰਨੀ ਗਰਮੀ ਦੇ ਵਿੱਚ ਜਿੱਥੇ ਪਾਣੀ ਪੀਣ ਦਾ ਪ੍ਰਬੰਧ ਕੋਈ ਨਹੀਂ ਖਾਣ ਦੇ ਵਾਸਤੇ ਕੁਝ ਨਹੀਂ ਬੱਤੀ ਦਾ ਕੋਈ ਪ੍ਰਬੰਧ ਨਹੀਂ ਉਹਦੇ باوجود ਵੀ ਉਹ ਕਿੰਨੇ ਦ੍ਰਿੜ ਇਰਾਦੇ ਦੇ ਨਾਲ ਟਿਕੇ ਹੋਏ ਸੀ ਕਿ ਉਹਨਾਂ ਨੇ ਦੇਸ਼ ਦੇ ਰਾਸ਼ਟਰਪਤੀ ਦੇ ਉੱਪਰ ਵੀ ਗੋਲੀ ਚਲਾਈ ਉਸ ਤੋਂ ਬਾਅਦ ਕਹਿੰਦਾ ਕਿ ਜਿਹੜੇ ਇਸ ਰੰਗ ਦੇ ਵਿੱਚ ਖਾੜਕੂ ਲੁਕੇ ਹੋਏ ਸੀਗੇ ਉਹ ਉਸ ਡਾਕਟਰ ਨੂੰ ਤੇ ਉਹਦੇ ਨਾਲ ਦੋ ਹੋਰ ਜਵਾਨਾਂ ਨੂੰ ਅਗਵਾ ਕਰਕੇ ਲੈ ਗਏ ਉਸ ਤੋਂ ਬਾਅਦ ਇਸ ਸਾਰੀ 8 ਜੂਨ ਦਾ ਸਾਰਾ ਦਿਨ ਉਹਨਾਂ ਖਾੜਕੂਆਂ ਦੇ ਨਾਲ ਸਪੀਕਰ ਦੇ ਪਰਿਵਾਰਤਾ ਲਾਪ ਚਲਦੀ ਰਹੀ ਪਰ ਉਹਨਾਂ ਨੇ ਆਪਣੀ ਸ਼ਰਤ ਰੱਖੀ ਕਿ ਸਾਨੂੰ ਜੇਕਰ ਗਿਆਨੀ ਸਾਹਿਬ ਸਿੰਘ ਨੂੰ ਮਲਾ ਦਿੱਤਾ ਜਾਵੇ ਤੇ ਫਿਰ ਅਸੀਂ ਅਗਵਾ ਕੀਤੇ ਡਾਕਟਰ ਨੂੰ ਛੱਡ ਸਕਦੇ ਹਾਂ ਸੋ ਉਹ ਕਿੰਨੀ ਕੁ वार्तालाਪ ਦੇ ਵਿੱਚ ਕਿੰਨੀ ਕੁ ਸਚਾਈ ਹੈ ਇਹਦੇ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਜਿਹੜੇ ਉਸ ਸਮੇਂ ਦੇ ਪ੍ਰਤੱਖ ਦਰਸ਼ੀ ਨੇ ਉਹਨਾਂ ਨੇ ਦੱਸਿਆ ਕਿ ਉਸ ਤੋਂ ਬਾਅਦ ਇਹਨਾਂ ਵੱਲੋਂ ਕਮਾਂਡੋ ਮੰਗਵਾਏ ਗਏ ਔਰ ਉਹ ਜਿਹੜਾ ਜਮੀਨਦੋਜ਼ ਕਹਿ ਸਕਦੇ ਹੋ ਇੱਕ ਕਮਰਾ ਸੀ ਜਿਸ ਦੇ ਵਿੱਚ ਸਿੰਘਾਂ ਨੇ ਮੋਰਚਾ ਬੰਦੀ ਕੀਤੀ ਹੋਈ ਸੀ ਉਹਦੇ ਵਿੱਚ ਸੀਐਸ ਗੈਸ ਕਨਸਟਰ ਜਿਹੜੇ ਸੀਗੇ ਜ਼ਹਿਰੀਲੀ ਗੈਸ ਛੁੱਟੀ ਗਈ ਸਿੱਟੇ ਵੱਜੋਂ ਉਹ ਸਿੰਘ ਜਿਹੜੇ ਸੀਗੇ ਬੇਹੋਸ਼ ਹੋ ਗਏ ਹੋਣਗੇ ਤੇ ਉਹਦੇ ਤੋਂ ਬਾਅਦ ਉੱਥੇ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਬੇਸ਼ੱਕ ਕੁਲਦੀਪ ਬਰਾੜ ਦੀ ਕਿਤਾਬ ਦੇ ਮੁਤਾਬਕ ਉਹ ਜਿਹੜੇ ਸਿੰਘ ਨੇ ਉਹਨਾਂ ਦੀ ਗਿਣਤੀ 7 ਦੱਸੀ ਗਈ ਹੈ ਜਿਹੜੇ ਸਿੱਖ ਕਹਿ ਸਕਦੇ ਹੋ ਕਿ ਸਰੋਤ ਨੇ ਜਿਨ੍ਹਾਂ ਨੇ ਪ੍ਰਤੱਖ ਦਰਸ਼ੀ ਨੇ ਜਿਨ੍ਹਾਂ ਨੇ ਤਕਰੀਬਨ ਉਸ ਕਾਰਵਾਈ ਦੇ ਬਾਰੇ ਜਾਣਦੇ ਨੇ ਕਿ ਕਿਹੜੇ ਕਿਹੜੇ ਮੋਰਚੇ ਦੇ ਵਿੱਚ ਕਿਹੜਾ ਸਿੰਘ ਸੀ ਉਹਨਾਂ ਦੇ ਮੁਤਾਬਕ ਇਸ ਮੋਰਚੇ ਦੇ ਵਿੱਚ ਭਾਈ ਮੇਜਰ ਸਿੰਘ ਨਾਗੋਕੇ ਸਨ ਤੇ ਭਾਈ ਮੇਜਰ ਸਿੰਘ ਨਾਗੋਕੇ 1 ਜੂਨ ਤੋਂ ਇਸੇ ਹੀ ਮੋਰਚੇ ਪਹਿਲਾਂ ਉੱਪਰਲੀ ਮੰਜ਼ਿਲ ਦੇ ਉੱਪਰ ਤੇ ਬਾਅਦ ਦੇ ਵਿੱਚ ਹੇਠਲੀ ਮੰਜ਼ਿਲ ਤੋਂ ਫੌਜ ਦਾ ਲਗਾਤਾਰ ਮੁਕਾਬਲਾ ਕਰ ਰਹੇ ਸਨ ਸੋ ਉਹਨਾਂ ਦੇ ਨਾਲ ਇੱਕ ਦੋ ਕਾਰ ਸੇਵਾ ਨਾਲ ਜੁੜੇ ਹੋਏ ਸਿੰਘ ਵੀ ਸਨ ਤੇ ਇਹ ਸਿੰਘ ਸੀ ਜਿਹੜੇ ਜਿਨ੍ਹਾਂ ਚੋਂ ਇੱਕ ਦਾ ਨਾਮ ਭਾਈ ਕਾਬਲ ਸਿੰਘ ਵੀ ਆਉਂਦਾ ਇੱਕ ਕਾਬਲ ਸਿੰਘ ਹੋਰ ਸਨ ਜਿਹੜੇ ਅਕਾਲ ਤਖਤ ਸਾਹਿਬ ਦੇ ਉੱਪਰ ਸ਼ਹਾਦਤ ਪ੍ਰਾਪਤ ਕਰ ਗਏ ਸਨ ਸੋ ਇਹਨਾਂ ਦੇ ਨਾਲ ਜਿਸ ਤਰ੍ਹਾਂ ਕਲਦੀਪ ਰਾੜ ਕਹਿੰਦਾ ਹੈ ਕਿ ਸੱਤ ਜਿਹੜੇ ਸੀਗੇ ਉਹ ਖਾੜਕੂ ਜਿਹੜੇ ਸੀਗੇ ਉਹਨਾਂ ਨੂੰ ਜਿਹੜਾ ਸੀਗਾ ਅੰਦਰ ਖਤਮ ਕੀਤਾ ਗਿਆ ਪਰ ਜਿਹੜੇ ਜਿਹੜੇ ਕਹਿ ਸਕਦੇ ਹੋ ਕਿ ਪ੍ਰਤੱਖ ਦਰਸ਼ੀ ਸਰੋਤ ਨੇ ਜਿਨ੍ਹਾਂ ਦੇ ਮੁਤਾਬਕ ਇਹ ਪਤਾ ਲੱਗ ਸਕਦਾ ਹੈ ਕਿ ਮੋਰਚੇ ਦੇ ਵਿੱਚ ਕਿੰਨੇ ਸਿੰਘ ਸਨ ਉਹਨਾਂ ਦੇ ਮੁਤਾਬਕ 4 ਸਿੰਘ ਇਸ ਮੋਰਚੇ ਦੇ ਵਿੱਚ ਸਨ ਜਿਨ੍ਹਾਂ ਨੂੰ ਪਹਿਲਾਂ ਜ਼ਹਿਰੀਲੀ ਗੈਸ ਦੇ ਨਾਲ ਬੇਹੋਸ਼ ਕੀਤਾ ਗਿਆ ਤੇ ਉਸ ਤੋਂ ਬਾਅਦ ਗੋਲੀਆਂ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ ਜਿਹੜਾ ਡਾਕਟਰ ਰਾਮਪਾਲ ਸਿੰਘਾ ਨੇ ਅਗਵਾ ਕਰਕੇ ਅੰਦਰ ਲਿਜਾਇਆ ਸੀ ਉਹਦੀ ਵੀ ਮੌਤ ਹੋ ਗਈ ਤੇ ਉਹਦੇ ਨਾਲ ਜਿਹੜੇ 2 ਕਹ ਸਕਦੇ ਹੋ ਕਿ ਅਗਵਾ ਕੀਤੇ ਹੋਰ ਫੌਜੀ ਸੀ ਉਹ ਉਹਨਾਂ ਦੀਆਂ ਵੀ ਅੰਦਰੋਂ ਲਾਸ਼ਾਂ ਬਰਾਮਦ ਹੋਈਆਂ ਸੋ ਇਹਦਾ ਕਹਿਣ ਤੋਂ ਭਾਵ ਹੈ ਕਿ 8 ਜੂਨ ਤੱਕ ਵੀ ਸਿੰਘਾਂ ਵੱਲੋਂ ਫੌਜ ਦਾ ਜਿਹੜਾ ਮੁਕਾਬਲਾ ਉਹ ਕੀਤਾ ਜਾ ਰਿਹਾ ਸੀ ਔਰ ਇਹ ਆਪਣੇ ਆਪ ਦੇ ਵਿੱਚ ਉਸ ਗਰਮੀ ਦੇ ਕਹ ਸਕਦੇ ਹੋ ਕਿ ਗਰਮੀ ਦੇ ਵਿੱਚ ਬਿਨਾਂ ਬੱਤੀ ਤੋਂ ਬਿਨਾਂ ਪਾਣੀ ਤੋਂ ਇਹੋ ਜੇ ਖੇਤਰ ਦੇ ਵਿੱਚ ਇੱਕ ਬਹੁਤ ਵੱਡੀ ਕਹ ਸਕਦੇ ਹੋ ਕਿ ਘਟਨਾ ਹੈ ਜਿਹੜੀ 8 ਜੂਨ ਨੂੰ ਕਟੀਕੇ ਦੇਸ਼ ਦੇ ਰਾਸ਼ਟਰਪਤੀ ਦੇ ਉੱਪਰ ਜਿਹੜੀ ਸੀ ਉਹ ਕੋਲੀ ਚਲਾਈ ਗਈ ਸੋ ਕੱਲ ਫਿਰ ਕੁਝ ਇਸੇ ਤਰ੍ਹਾਂ ਦੀਆਂ ਮੁਲੱਖਣ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅੱਜ ਇੰਨੀ ਇੱਕ ਬੇਨਤੀਆਂ ਪ੍ਰਵਾਨ ਵਾਏ ਕੁਰਸੀ ਦਾ ਖਾਲਸਾ ਵਾਏ ਕੁਰਸੀ ਕੀ